ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮ ਅਲੈਕੁਮ ਗਾਇਸ, ਕੀ ਹਾਲ ਠੀਕ ਠਾਕ? ਉਮੀਦ ਕਰਾਂ ਠੀਕ ਠਾਕ ਹੋ। ਗੁੱਡ ਮਾਰਨਿੰਗ, ਵੈਲਕਮ ਹੋ ਗਿਆ ਮੈਂ ਨਿਊ ਵਲੌਗ। ਯਾਰ ਕੀ ਭੈਣ ਚੱਕੀ, ਤੁਸੀਂ ਸਬਸਕ੍ਰਾਈਬ ਕਿਉਂ ਨਹੀਂ ਕੀਤਾ? ਅਗਰ ਤੁਸੀਂ ਲਾਸਟ ਤੋਂ ਪਹਿਲਾਂ ਵਲੌਗ ਵੇਖਿਆ ਹੋਗਾ ਤਾਂ ਅਸੀਂ ਬਾਲਣ ਚਾੜਨੇ ਪਏ ਸਾਂ, ਕੁਛ ਅਸੀਂ ਵਾਹਵਾ ਚਾੜ ਲਏ ਸੀ, ਵਾਹਵਾ ਰਹਿ ਗਿਆ ਸੀ ਅਤੇ ਆ ਇੱਥੇ ਰੱਖਿਆ ਸੀ, ਕੁਛ ਕੁਛ ਉੱਥੇ ਰੱਖਿਆ ਸੀ, ਕੁਛ ਆ ਉਸਤਾਦ ਜੀ ਰੱਖਿਆ। ਉਹ ਉਸਤਾਦ ਜੀ ਕੀ ਹਾਲ ਨੇ? ਕੀ ਹਾਲ ਨੇ? ਕੁਛ ਨਹੀਂ। ਅੱਛਾ, ਅੱਜ ਫਿਰ ਸੇਵਾ ਆ ਗਿਆ ਤਾਂ ਅੱਜ ਫਿਰ ਮੈਨੂੰ ਹੀ ਚਾੜਨਾ ਪੈਣਾ। ਅੱਗੇ ਤਾਂ ਇਹਨੂੰ ਮੈਂ ਢੇਰੀਆਂ ਬਣਾ ਬਣਾ ਕੇ ਦਿੰਦਾ ਪੈਸਾ, ਅੱਜ ਭਾਈ ਹੋਣੀ ਕਹਿੰਦਾ ਅੱਜ ਤੂੰ ਹੀ ਚਾੜ ਅਤੇ ਫਸ ਗਿਆ ਮੈਂ ਬੁਰੇ ਤਰੀਕੇ ਦਾ। ਅੱਛਾ ਯਾਰ, ਵੀਡੀਓ ਪੂਰੀ ਵੇਖਿਆ ਕਰੋ ਯਾਰ, ਵਾਸ ਟਾਈਮ ਪੂਰਾ ਕਰੋ। ਤੁਸੀਂ ਵੀਡੀਓ ਪੂਰੀ ਨਹੀਂ ਵੇਖਦੇ, ਤੁਸੀਂ ਬਸ ਇੱਕ ਦੋ ਮਿੰਟ ਵੇਖਦੇ ਨਿਕਲ ਜਾਂਦੇ ਹੋ, ਨੀਵੇਂ ਨਿਓ ਹੋ ਗਏ। ਅੱਜ ਨਹੀਂ, ਤੁਸੀਂ ਵੀਡੀਓ ਪੂਰੀ ਵੇਖਣੀ ਯਾਰ, ਵਾਸ ਟਾਈਮ ਪੂਰਾ ਕਰੋ। ਵਾਸ ਟਾਈਮ ਪੂਰਾ ਹੀ ਹਾਲੇ 1000 ਘੰਟੇ ਵੀ ਨਹੀਂ ਹੋਇਆ, 4000 ਘੰਟੇ ਵਾਲੇ ਵਾਸ ਟਾਈਮ ਕਰਨਾ। ਅੱਛਾ ਅਤੇ ਹੁਣ ਇਹ ਹੁਣ ਕਰਨੇ, ਬਲਕਿ ਇਹ ਰਹਿ ਗਿਆ ਬਲ, ਮਤਲਬ ਵੀ ਇਹ ਇੱਥੋਂ ਚੁੱਕਣਾ, ਠੀਕ ਹੈ? ਕਿਉਂਕਿ ਇੱਥੇ ਬਾਲਣ ਆਉਣਾ, ਕਿਉਂਕਿ ਜਿੰਨਾ ਬਾਲਣ ਬਾਹਰ ਪਿਆ ਉਹ ਇੱਥੇ ਸਿਰਫ ਨਹੀਂ ਹੋਣਾ, ਇਹਨੂੰ ਕਰਨੇ ਅਗਾਂਹ ਅਤੇ ਇੱਥੇ ਵੀ ਬਾਲਣ ਆ ਜਾਏਗਾ, ਠੀਕ ਹੈ? ਇਹਨੂੰ ਕਰਨੇ ਆ ਜੀ, ਦਰਵਾਜ਼ਾ ਬਹੁਤ ਪੁਰਾਣਾ ਤਾਂ ਡਾਢਾ ਤਾਂ ਭਾਰਾ, ਅਗਰ ਕਿਸੇ ਨੇ ਲੈਣਾ ਤਾਂ ਮੇਰੇ ਨਾਲ ਕਰ ਸਕਦਾ ਕੰਟੈਕਟ ਕੋਈ। ਅੱਛਾ, ਸਸਤਾ ਹੀ ਦੇ ਦਾਂਗਾ, ਕੋਈ 50-60 ਹਜ਼ਾਰ ਦਾ ਦੇ ਦਾਂਗਾ, ਠੀਕ ਹੈ? ਅਗਰ ਲੈਣਾ ਤਾਂ ਕੰਟੈਕਟ ਕਰ ਲਓ। ਅਸ਼ਤੀਰੀ ਉਹਨੂੰ ਨਾਲ ਫ੍ਰੀ ਮਿਲੇਗੀ ਜਿਹਨੇ ਖਰੀਦਣਾ ਹੋਏਗਾ। ਆਹ ਵੇਖੋ ਉਹਦੇ ਨਾਲ ਜੇ ਸਾਫ਼ ਕੀਤੀ ਸੀ ਤਾਂ ਕਿੰਨੀ ਮਿੱਟੀ ਪੈ ਵੀ ਗਈ ਹੈ। ਕੀ ਕਰੇ ਬੰਦਾ ਅਤੇ ਕੀ ਨਾ ਕਰੇ। ਆਹ ਵੇਖੋ ਇੱਥੇ ਹਾਲੇ ਕਾਫ਼ੀ ਸਾਰਾ ਪਿਆ, ਇੰਨਾ ਸਾਰਾ ਹਾਲੇ ਚੁੱਕਣਾ ਅਤੇ ਇਹ ਉੱਤੇ ਲੈ ਕੇ ਜਾਣਾ ਭਾਈ, ਕਾਫ਼ੀ ਹੈ। ਐਵੇਂ ਲੱਗਦਾ ਕੁਛ ਚੁੱਕੇ ਨਹੀਂ ਕੱਲ੍ਹ, ਲੇਕਿਨ ਉੱਦਣ ਚੁੱਕਿਆ ਸੀ ਕਾਫ਼ੀ ਅਤੇ ਉੱਥੇ ਕਾਫ਼ੀ ਉਚਾਈ ਸੀ, ਆਹ ਵੀ ਹੁਣ ਚੁੱਕਣਾ। ਚੱਲ ਕੇ ਤੈਨੂੰ ਖਾ ਲਿਆਂਗੇ ਭਾਵਾਂ, ਪਹਿਲਾਂ ਉਹ ਉੱਥੇ ਚੁੱਕ ਕੇ ਤਾਂ ਇੱਥੇ ਚੁੱਕਣਾ, ਇੱਥੇ ਢੇਰੀ ਬਣਾਵਾਂ ਤਾਂ ਕਿ ਉਹ ਉੱਤਰ ਆ ਜਾਏ ਸਹੀ ਤਰੀਕੇ ਨਾਲ। ਸੇਵਾ ਥੱਲੇ ਨਾ ਜੀ, ਥੱਲੇ ਨਾ ਜੀ, ਰੱਖ ਛੋੜਾ ਇੱਥੇ। ਰੋਸ਼ਨ ਜਲਾਂ ਕਹਿੰਦਾ, ਰੋਸ਼ਨ ਦਾਨ ਚੜਾ ਦਿਆ, ਉੱਥੇ ਸਹੀ ਕੈਮਰਾ ਹੀ ਨਹੀਂ ਹੋ ਜਾਣਾ। ਚੱਕ ਚੱਕ ਜੋਨ ਸੀ ਨਾ ਮਨ ਭਾਈ ਹੁਣੀ ਕਹਿੰਦੇ ਅੱਜ ਸਾਰਾ ਚੁੱਕਣਾ, ਵੇਖੋ ਕੀ ਬਣਦਾ। ਹੱਥਾਂ ਦੀ ਹਾਲਤ ਤਾਂ ਬੁਰੀ ਹੋ ਜਾਂਦੀ ਹੈ। ਥੋੜ੍ਹਾ ਕੀ ਰਹਿ ਗਿਆ, ਮੁੱਕ ਸਾਰਾ ਚੁੱਕ ਲਿਆ। ਇਹ ਜੀ ਰੋਟੀ ਆ ਗਈ ਸਾਡੀ, ਤੁਹਾਨੂੰ ਮੈਂ ਦਿਖਾ ਦੇਵਾਂ ਬਾਲਣ ਸਾਰਾ। ਅਲਹਮਦੁਲਿਲਾ ਚੁੱਕ ਲਿਆ, ਇਹ ਸਾਰਾ ਇੱਥੋਂ ਚੁੱਕ ਲਿਆ। ਪੱਤਰੀ ਬਚ ਗਈ, ਬੱਕਰੀਆਂ ਨੂੰ ਖਾ ਖੁ ਜਾਣੀ। ਥੈਂਕ ਯੂ, ਕਹਿੰਦੇ ਸਬਸਕ੍ਰਾਈਬ ਕਰ ਦੇ। ਅਜੇ ਮੈਂ ਰੋਟੀਆਂ ਵੀ ਲਿਆਵਾਂ ਬਗੈਰ ਪਾਉਣੇ, ਤੇ ਠੀਕ ਹੈ। ਅਜੇ ਵੀ ਨਹੀਂ ਗਏ ਨੇ ਮੁੰਡਾ, ਹਰ ਕਿਸੇ ਜ਼ਰੂਰੀ ਕੰਮ ਉਹਨਾਂ ਨੇ ਜਲਦੀ ਆਉਣਾ ਸੀ, ਇਸ ਵੇਲੇ ਉਹ ਹੋਣਗੇ ਤਾਂ ਮੈਂ ਫਿਰ ਨਹਾ ਲਾਂਗਾ, ਨਹੀਂ ਤਾਂ ਐਸੇ ਵਾ ਅੰਦਰ ਆ ਜਾ, ਅੰਦਰ ਬੈਗ ਖਾਂਦੇ ਆ। ਆ ਜਾ, ਹੱਥ ਦਵਾ ਮੈਂ ਤੇਰੇ। ਚੰਗੀ ਤਰ੍ਹਾਂ ਡਟੋਲ ਲਿਆਵਾਂ, ਡਟੋਲ ਹਾਂ। ਉਹ ਲਾਲ ਮਿਰਚਾਂ ਯਾਰ, ਤੇਰੀ ਰੋਟੀ ਠੀਕ ਹੈ ਯਾਰ? ਮੇਰੀ ਰੋਟੀ ਠੀਕ ਹੈ, ਠੀਕ ਹੈ। ਅਤੇ ਆਂਡਾ ਆਪਾਂ ਕਰ ਗਏ ਅੱਧਾ ਅੱਧਾ, ਠੀਕ ਹੈ। ਇਹ ਆ ਗਿਆ ਮੈਡਿਆਲ, ਇਹ ਆ ਗਿਆ ਤੇਰਿਆਲ, ਠੀਕ ਹੈ ਵਾਲਾ। ਇਹ ਆ ਗਿਆ ਮੈਡਿਆਲ, ਬਰਾਬਰ 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 ਹੈ, ਐਵਰੀਥਿੰਗ ਓਕੇ ਓਕੇ ਹੈਪੀ ਵੈਰੀ। ਇਹ ਆਪਾਂ ਲਈ ਬੁਰਕੀ, ਅਤੇ ਇਹ ਆਈ ਜੀ ਦਾਲ ਹਲੀਮ ਮਲਾਦਾਂ ਵਾਲੀ, ਕੱਲ੍ਹ ਮਲਾਦ ਸ਼ਰੀਫ ਸੀ ਅਤੇ ਉੱਥੋਂ ਆਈ ਸੀ। ਅਤੇ ਇਹ ਆਪਾਂ ਜਵਾਬ ਲਾਜਵਾਬ ਯਾਰ, ਭਾਈ ਨਹੀਂ ਆ ਗਏ ਸਨ ਤਾਂ ਫਿਰ ਮੈਂ ਆਣ ਕੇ ਨਹਾ ਲਓ ਕਿ ਚੰਗੀ ਤਰ੍ਹਾਂ ਫਰੈਸ਼ ਹੋ ਗਿਆ। ਤਾਂ ਇੱਥੇ ਜਲ ਵਗੈਰਾ ਬਹੁਤ ਜ਼ਿਆਦਾ ਲੱਗੇ ਸਨ, ਉਹ ਜਲ ਵਗੈਰਾ ਲਏ ਨੇ। ਅਤੇ ਇਹ ਵੇਖੋ ਰੰਗ, ਰੰਗ ਦੀ ਹਾਲਤ ਚੈੱਕ ਕਰੋ ਕਿਵੇਂ ਇੱਥੇ ਡਿੱਗ ਹੈ, ਇੱਥੇ ਭੁਰ ਭੁਰ ਕੇ ਨਾ। ਇਹ ਵੀ ਕਰਾਂਗੇ ਸਫਾਈ, ਹਾਲੇ ਫਿਲਹਾਲ ਮੂਡ ਨਹੀਂ ਗਾ, ਫਿਰ ਵੇਖਾਂਗੇ ਜਦੋਂ ਕਰਨੀ ਹੋਈ ਸਫਾਈ। ਬਾਕੀ ਕਿਉਂ ਇਹਨੇ ਵੀਡੀਓ ਸੀ ਜਿਹੜੀ ਉਹ ਮੈਂ ਐਡਿਟ ਕਰ ਰਿਹਾ, ਤੁਹਾਡੇ ਜਿਹੜੇ ਕੁਐਸਚਨ ਵਗੈਰਾ ਸੀ ਉਹਨਾਂ ਦੇ ਜਵਾਬ ਵਗੈਰਾ ਜਿਹੜਾ ਨਾ ਐਡਿਟ ਕਰ ਰਿਹਾ, ਵੀਡੀਓ ਸ਼ੂਟ ਕਰ ਰਹੀ ਸੀ। ਅਤੇ ਇਹ ਵੀਡੀਓ ਜਿਹੜਾ ਵਲੋਗ ਹੈ ਇਹ ਉਸ ਵੀਡੀਓ ਤੋਂ ਬਾਅਦ 'ਚ ਹੋਏਗੀ। ਅਗਰ ਉਹ ਵੀਡੀਓ ਤੁਸੀਂ ਨਾ ਵੇਖੀ ਹੋਈ ਤਾਂ ਉਹਦਾ ਮੈਂ ਲਿੰਕ ਡਿਸਕ੍ਰਿਪਸ਼ਨ 'ਚ ਪਾ ਦਾਂਗਾ, ਅਤੇ ਵੇਖ ਲਿਓ ਜਾ ਕੇ। ਮੈਂ ਹੁਣ ਦੁਕਾਨ 'ਤੇ ਆ ਗਿਆ, ਭਾਈ ਹੁਣੀ ਗਏ ਨੇ ਸ਼ਹਿਰ, ਅਤੇ ਇਹਦਾ ਮੈਂ ਉਹਨਾਂ ਨੂੰ ਆਖਿਆ ਵੀ ਸੈਕਿੰਡ ਹੈਂਡ ਟਾਇਰ ਨਾਲ ਪਤਾ ਕਰੀ ਲਿਆਓ, ਕਿਉਂਕਿ ਸ਼ਹਿਰ ਵਗੈਰਾ ਜਾਣਾ ਸਮਾਨ ਵਗੈਰਾ ਲੈਣ ਜਦੋਂ ਮੈਂ ਤਾਂ ਫਿਰ ਰਾਸਤੇ ਤੰਗ ਨਾ ਕਰੇ, ਅਤੇ ਹੋ ਸਕਦਾ ਅੱਜ ਸੈਕਿੰਡ ਹੈਂਡ ਮੰਗਵਾਉਣਾ, ਨਵਾਂ ਨਹੀਂ ਮੰਗਵਾਉਣਾ। ਤੂੰ ਚਾਰਜਰ ਲਿਆ ਦੀ ਅੱਜ, ਠੀਕ ਹੈ?
ਸਵੇਰ ਫੇਰ ਲਾ ਜੀ ਜਦੋਂ ਦੀ ਮੇਰੀ ਚਾਰਜਰ ਗ੍ਰਿਪ ਖਰਾਬ ਹੋਈ ਹੈ ਨਾ ਤੇ ਇਹਨੂੰ ਗਰੀਬ ਨੂੰ ਵਕਤ ਸਹੀ ਪਿਆ ਮੈਂ ਚਾਰਜਰ ਅਗਲੇ ਦਿਨ ਲੈ ਕੇ ਆਇਆ ਸਲਾਸਪੁਰ ਜੀ ਤੁਸੀਂ ਵੇਖਿਆ ਹੋਣਾ ਤੇ ਇਹ ਫਿਰ ਸ਼ਾਮ ਨੂੰ ਸਵੇਰ ਸਵੇਰ ਲੈਣ ਆਇਆ ਸੀ ਵਿਚਾਰਾ ਇਹਦੇ ਪਾਪਾ ਨੇ ਲੈ ਵੀ ਜਾ ਚਾਰਜਰ ਲੈ ਗਿਆ ਤੇ ਕੱਲ ਫਿਰ ਸ਼ਾਮ ਨੂੰ ਮੈਂ ਫੇਰ ਇਹਨੂੰ ਕਹਿ ਦਿੱਤਾ ਵੀ ਯਾਰ ਚਾਰਜਰ ਦੇ ਕੇ ਆ ਉਹ ਵੀ ਘਰੋਂ ਲੈ ਕੇ ਆਇਆ ਸਪੈਸ਼ਲ ਚਾਰਜਰ ਦੇ ਗਿਆ ਅੱਜ ਸਵੇਰ ਫੇਰ ਪੁੱਛਿਆ ਕਿ ਭਾਈ ਚਾਰਜਰ ਦਿਓ ਤੇ ਅੱਜ ਫੇਰ ਚਾਰਜਰ ਲੈ ਗਿਆ ਇਹਨੂੰ ਸਹੀ ਵਕਤ ਪਿਆ ਵਿਚਾਰੇ ਨੂੰ ਅੱਜ ਫੇਰ ਲਿਆ ਦੀ ਚਾਰਜ ਅੱਛਾ ਕਿਨੂੰ ਸ਼ਾਮ ਲਿਆ ਦੀ ਹਲੇ ਤਾਂ ਮੋਬਾਈਲ ਕਾਫੀ ਪਿਆ ਹਲੇ ਤਾਂ ਤਕਰੀਬਨ ਮੋਬਾਈਲ ਆ ਵੇਖੋ ਹਲੇ ਹਾਫ ਪਿਆ ਕੱਲ ਮੈਂ ਤੁਹਾਡੇ ਮੁਰਗੇ ਵੇਖਣੇ ਵਿੱਚ ਨਾ ਜੀ ਕਿਉਂ ਕਹਾਂ ਮੇਰੇ ਨੇ ਤੇਰੇ ਨੇ ਹਾਂ ਕਿਹਦੇ ਨੇ ਮੈਂ ਸੁਪਾਲੇ ਅੱਲਾ ਦਾ ਬੰਦਾ ਇਹ ਮੈਂ ਐਵੇਂ ਕਰ ਇਧਰ ਆ ਇਧਰ ਆ ਮੈਂ ਤੈਨੂੰ ਇੱਕ ਸਕੀਮ ਦੱਸਣਾ ਮੈਂ ਤੈਨੂੰ ਦੇਣਾ 50 ਰੁਪਏ ਠੀਕ ਹੈ ਤੂੰ ਮੁਰਗਾ ਕੱਚ ਦੇ ਜੇ ਕੇ ਨਾ ਇੱਥੇ ਲੈ ਆ ਉਹ ਛੋਟਾ ਲੈ ਆ ਛੋਟਾ ਮੈਂ ਵੇਖੇ ਸੋ ਇਹ ਬੜਾ ਬਿਹਤਰੀਨ ਉਹ ਲੈ ਆ ਹੈ ਤੋਬਾ 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 ਮੈਂ ਕਰ ਇੱਕ ਮੁਰਗਾ ਫੜ ਲਿਆ ਠੀਕ ਹੈ ਤੂੰ ਉੱਥੋਂ ਲੈ ਕੇ ਆ ਇੱਥੇ ਆਪਾਂ ਲਾਲ ਕਰਕੇ ਆਪਾਂ ਨਾਲ ਆਪ ਵੀ ਖਾਵਾਂਗੇ ਨਾਲ ਤੇਰੇ ਪਾਪਾ ਨੂੰ ਮੈਂ ਦਾਵਤ ਦੇਵਾਂਗਾ ਮੈਂ ਕਹਾਂਗਾ ਆਓ ਤੁਹਾਡੀ ਅੱਜ ਦਾਵਤ ਹੈ ਖਵਾ ਖੂ ਕੇ ਬਾਅਦ ਦੱਸਾਂਗੇ ਵੀ ਤੁਹਾਡਾ ਮੁਰਗਾ ਸੀ ਬਾਤ ਸਹੀ ਹੈ ਮੈਂ ਨਾ ਸਵੇਰ ਦਾ ਬਹੁਤ ਜ਼ਿਆਦਾ ਪਾਣੀ ਪੀਂਦਾ ਸੁਣਿਆ ਜੀ ਪਾਣੀ ਜ਼ਿਆਦਾ ਪੀਣ ਨਾਲ ਗੁਰਦੇ ਵਾਸ਼ ਸਹੀ ਤਰ੍ਹਾਂ ਹੋ ਜਾਂਦੇ ਨੇ ਤੇ ਸਕਿਨ ਵੀ ਗਲੋ ਹੋ ਜਾਂਦੀ ਤੇ ਇਹ ਮੈਂ ਪਾਣੀ ਨਾ ਯਕੀਨ ਕਰੋ ਇਹ ਸਵੇਰ ਦੀ ਤਕਰੀਬਨ ਆ ਚੌਥੀ ਆ ਆ ਚੌਥੀ ਹੁਣ ਮੈਂ ਪੀਣੀ ਯਾਨੀ ਕਿ ਅੱਧੀ ਹੁਣੇ ਪੀਣਾ ਨਹੀਂ ਆ ਤੇ ਅੱਧੀ ਤਕਰੀਬਨ 20 ਤੋਂ 25 ਮਿੰਟ ਬਾਅਦ ਵੀ ਪੀ ਲੈਣੀ ਤੇ ਵੇਖੋ ਹੁਣ ਮੈਂ ਕੱਲ ਦਾ ਇਹ ਸ਼ੁਰੂ ਕੀਤਾ ਵੀ ਪਾਣੀ ਜ਼ਿਆਦਾ ਪੀਣਾ ਵੇਖੋ ਫਰਕ ਹੁੰਦਾ ਕਿ ਨਹੀਂ ਇਹਦਾ ਹੁਣ ਕਿੰਨਾ ਵਜ਼ਨ ਹੈ ਉਹ ਆਪਾਂ ਕਰ ਲੈਂਦੇ ਹਾਂ ਠੰਡਾ ਹੁਣ ਕਰਨੇ ਆ ਭਾਈ ਛੱਲੇ ਓਏ ਇਹ ਤੇ 1 ਕਿਲੋ ਤੇ 1 ਭਈਆ ਤੁਸੀਂ ਜ਼ਿਆਦਾ ਅੱਧਾ ਮੈਂ ਹੁਣ ਪੀਣਾ ਨਾ ਤਾਂ ਅੱਧਾ ਤਕਰੀਬਨ 20 ਤੋਂ 25 ਮਿੰਟ ਬਾਅਦ ਫਿਰ ਨਵੀਂ ਭਰ ਲੈਣੀ ਉਸ ਟਾਈਮ ਐਮ ਅੱਧਾ ਪੀ ਲਿਆ ਭਾਈ ਹੁਣੀ ਆ ਗਏ ਨੇ ਸ਼ਹਿਰੋਂ ਤੇ ਟਾਇਰ ਨਹੀਂ ਲੱਭਾ ਨਵਾਂ ਬਾਕੀ ਹਾਲੇ ਨਵਾਂ ਪਵਾਉਣਾ ਵੀ ਨਹੀਂ ਗਾ ਨਾ ਪਾਣੀ ਜ਼ਿਆਦਾ ਪੀਣਾ ਪਿਆ ਲੇਕਿਨ ਹੌਲਾ ਵੀ ਹੋਣੀ ਜਲਦੀ ਹੋਣਾ ਪੈਂਦਾ ਮੈਂ ਫਿਲਹਾਲ ਜਾ ਰਿਹਾ ਮੋਟਰ ਚਲਾਉਣ ਕਹਿੰਦੇ ਨੇ ਮੋਟਰ ਚਲਾ ਕੇ ਵਾਲ ਵੀ ਚੇਂਜ ਕਰਨੇ ਪਤਾ ਨਹੀਂ ਵਾਲ ਕਿਹੜੇ ਨੇ ਮੈਂ ਤਾਂ ਨਹੀਂ ਅਜੇ ਤੱਕ ਵਾਲ ਵੇਖੇ ਉਹ ਪੀਣ ਵਾਲਾ ਪਾਣੀ ਛਾੜਨ ਨਾ ਤੇ ਨਹਿਰੀ ਵਾਲ ਮੇਰੇ ਖਿਆਲ ਲੱਗਾ ਹੁਣ ਕੂਲ ਹੀ ਖੋਲਿਆ ਮੋਟਰ ਵੀ ਖੋਤੇ ਨੇ ਸ਼ਾਇਦ ਅੰਦਰ ਕੋਈ ਗੇਮ ਐਚ ਲੱਗਾ ਐ ਵਾਲੇ ਵਾਲ ਐ ਖੋਲ ਦਿੱਤਾ ਐ ਕਰ ਇਹਦਾ ਬੰਦ ਗੇਂਦ ਬੱਲਾਈਆ ਆਪਾਂ ਨਹੀਂ ਇੰਟਰਸਟ ਰੱਖਦੇ ਗੇਂਦ ਬੱਲੇ 'ਚ ਆਪਾਂ ਚੱਲੀਏ ਵਾਪਸ ਵੀਡੀਓ ਅਪਲੋਡ ਕਰ ਦਿੱਤੀ ਕਿਊ ਐਨ ਏ ਵੀਡੀਓ ਉਹਦਾ ਥੰਬਨੇਲ ਮੈਂ ਬਣਾਉਣਾ ਪਿਆ ਸੀ ਤਾਂ ਮੈਂ ਉਹਨਾਂ ਨੇ ਕਿਹਾ ਵੀ ਮੋਟਰ ਚਲਾ ਗਿਆ ਇਸ ਲਈ ਆ ਗਿਆ ਅਤੇ ਕਿਊ ਜਾ ਕੇ ਥੰਬਨੇਲ ਬਣਾਵਾਂ ਹਾਲੇ ਅੱਧਾ ਰਹਿੰਦਾ ਅੱਧਾ ਬਣਾ ਲਿਆ ਅਹਿਮਦ ਉਹ ਚਾਰਜਰ ਲਿਆ ਦੇ ਭੱਜ ਗਏ ਉਹ ਲੈ ਜੀ ਆਪ ਆ ਕੇ ਫਟੀਕ ਤੂੰ ਚੁੱਕਣਾ ਓਏ ਉਹ ਮੁਰਗੀ ਦੇਣੀ ਆ ਉਹ ਜਿਹੜੀ ਖਲੋਤੀ ਕਾਲੀ ਉਹ ਥੱਲੇ ਇਤਨਾ ਆ ਸੀ ਜਾ ਕੇ ਹੁਣ ਮੈਂ ਥੰਬਨੇਲ ਬਣਾਵਾਂਗਾ ਤਾਂ ਵਲੌਗ ਨੂੰ ਇੱਥੇ ਮੈਂ ਐਂਡ ਕਰ ਰਿਹਾ ਹਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਲਾਜ਼ਮੀ ਕਰਿਓ ਅਤੇ ਯਾਰ ਕੱਲ੍ਹ ਵਾਲੀ ਵੀਡੀਓ ਲਾਜ਼ਮੀ ਵੇਖਿਓ ਮੈਂ ਨਾ ਵੇਖੇ ਕਿਉਂ ਇਹਨੇ ਵੀਡੀਓ ਤਾਂ ਮੈਂ ਲਿੰਕ ਡਿਸਕ੍ਰਿਪਸ਼ਨ 'ਚ ਪਾ ਦਾਂਗਾ ਅਤੇ ਲਾਜ਼ਮੀ ਵੇਖਿਓ ਜਾ ਕੇ ਬੜੀ ਫਨੀ ਹੈ ਯਕੀਨ ਕਰੋ ਅੱਲਾ ਹਾਫਿਜ਼